ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਹੈ? ਸਭ ਠੀਕ ਠਾਕ? ਲਓ ਜੀ, ਅੱਜ ਤੁਹਾਨੂੰ ਰਾਣਾ ਭੂਮੀ ਉਹਦਾ ਕੋਲ ਚਾਰ ਕੁੱਤੇ ਨੇ ਅਤੇ ਕੁੱਤਿਆਂ ਤੁਹਾਨੂੰ ਦਿਖਾਉਂਦੇ ਆ, ਤੁਹਾਨੂੰ ਕੁੱਤੇ ਦਿਖਾਉਣਾ ਅਤੇ ਇੱਕ ਕੁੱਤੀ ਹੈ ਜਿਹੜੀ ਸਪੈਸ਼ਲ ਉਹਦੇ ਕੋਲ, ਉਹ ਤੁਹਾਨੂੰ ਦਿਖਾਉਣਗਾ ਜੀ. ਇਹ ਵੇਖੋ, ਕਾਲੇ ਰੰਗ ਦੀ ਕੁੱਤੀ ਹੈ. ਇਹ ਜ਼ਰਾ ਥੋੜ੍ਹਾ ਮੈਂ ਜ਼ੂਮ ਕਰ ਲਾਂ ਭਾਈ. ਰਾਣਾ ਖਲੋਈ ਆ. ਰਾਣਾ, ਨਸਲ ਕਿਹੜੀ ਆ? ਲੈਬਰੇਡੋਰ ਜੀ. ਅੱਛਾ ਜੀ, ਕਿਆ ਬਾਤ ਹੈ, ਕਿਆ ਬਾਤ ਹੈ. ਲਓ ਜੀ, ਇਹ ਪਹਿਲਾਂ ਇਹਦਾ ਕਰੋ, ਕੀ ਕਰਦੀ ਹੈ ਉਹਦਾ ਥੋੜ੍ਹਾ ਜਿਹਾ? ਲਓ ਜੀ, ਵੇਖ ਲਓ. ਇਹ ਵੇਖੋ ਜੀ, ਇਹ ਹਾਂ, ਇਹ ਲਓ ਜੀ. ਇਹਦੇ ਨਾਲ ਦਾ ਕੁੱਤਾ ਇੱਕ ਸਾਡਾ ਦੋਸਤ ਹੈ, ਉਹ ਬੜੀ ਉਹਦੀਆਂ ਵੀਡੀਓ ਜਿਹੜੀਆਂ ਨਾ ਵਾਇਰਲ ਹੋਈਆਂ ਨੇ, ਠੀਕ ਹੈ ਜੀ. ਅਤੇ ਉਹਦੇ ਕੋਲ ਕੁੱਤਾ ਹੈ, ਇਹ ਕੁੱਤੀ ਹੈ. ਇਹ ਵੇਖੋ ਨਾ, ਇਹ ਵੇਖੋ ਜਨਾਬ, ਆਹ ਪਿਆਰ ਵੇਖੋ. ਆਹਾ, ਵੀਡੀਓ ਸਹੀ ਆ ਗਈ ਰਾਣਾ. ਅੱਜ ਗੱਲ ਸੁਣਿਆ ਬਾਈ, ਤੂੰ ਇੱਕ ਤੂੰ ਅੱਗੇ ਭੁੱਲੂ ਬਦਮਾਸ਼ ਮੁੜ ਜਾ, ਯਕੀਨ ਕਰ. ਉਹਦੇ ਕੋਲ ਉਹਦਾ ਕੋਈ ਕੁੱਤਾ ਹੈ, ਉਹ ਜਿਹਾ ਬੰਦਾ ਨਾ, ਉਹਨੂੰ ਇੰਡੀਆ ਦੇ ਸਿੱਖ ਵੇਖਣ ਆਇਆ ਹੈ ਨਾ, ਜਿਸ ਤਰ੍ਹਾਂ ਉਹਨੇ ਸਟਾਈਲ ਕਰਨਾ, ਕੁੱਤੇ ਨੇ ਉਸ ਸਟਾਈਲ ਕਰਨਾ. ਜੋ ਆਖੋਗੇ ਹਾਂਜੀ ਉਹੀ ਕਰੇਗਾ. ਇਹਦੇ ਦੇਖੋ, ਦਾਤਰੀ ਫੜ ਕੇ ਖੂਦ ਜਾਣਾ. ਇਹਨੇ ਮਨ ਛੜਿਆ ਫਿਰ, ਦਾਤਰੀ ਫੜ ਕੇ ਖੂਦ ਜਾਣਾ. ਅੱਛਾ, ਦੁਕਾਨ ਦੇ ਤੇ ਜੇ ਰੁਪਈਏ 10-20 ਤੁਹਾਡੀ ਦੁਕਾਨ ਤੇ, ਮੈਂ ਜੇ ਕੜੀ ਖਲੋ ਕੇ ਆਉਂਦੇ ਹੋ ਤੇ ਮੈਂ ਭੇਜਾਂਗਾ ਤੇ ਜਾਏਗੀ ਤੇ ਤੁਸੀਂ ਛਾਪਰ 'ਚ ਕੁਛ ਚੀਜ਼ ਦੇ ਲੈ ਕੇ ਵਾਪਸ ਆਏਗੀ. ਅੱਛਾ ਜੀ, ਬੜੀ ਗੱਲ. ਹਾਂਜੀ, ਨਹੀਂ ਚਲਾਇਆ ਤੇਰੇ ਕੋਲ ਹੋਏ ਨਾ ਦੂਸਰੇ ਰਾਖੀ ਵਾਲੇ. ਰਾਖੀ ਵਾਲਾ ਕੁੱਤਾ ਉਹ ਹਰ ਬੰਦੇ ਨੂੰ ਜਨਾਬ ਸ਼ਾਮ ਤੋਂ ਬਾਅਦ ਘਰ ਦਾ ਜੀ ਵੀ ਆਇਆ ਨਾ. ਅੱਛਾ, ਰਾਖੀ ਦੇ ਹੱਕ ਵਿੱਚ ਉਹ ਕੁੱਤਾ ਠੀਕ ਹੈ, ਰਾਖੀ ਦੇ ਹੱਕ ਦੇ ਜਿਹੜਾ ਠੀਕ ਹੈ ਮੰਡੇਰੇ ਉੱਤੇ. ਹਾਂਜੀ, ਡੰਗਰ ਚਾਰ ਦਿਨ ਜਾ ਕੇ ਜੰਗਲਾਂ ਦੇ ਵਿੱਚ ਨਹੀਂ ਮਾਲਕ ਜਾਂਦੇ ਨੀ ਡੰਗਰ. ਜਿਹੜੇ ਬੱਕਰਵਾਲ ਗੁਜਰ ਕੌਮ ਬੱਕਰਵਾਲ ਜਿਹੜੇ ਪਹਾੜੀਆਂ 'ਚ ਲੋਕ ਨੇ, ਉਹਨਾਂ ਕੋਲ ਇਹੋ ਜਿਹੇ ਕੁੱਤੇ ਨੇ? ਉਹ ਜਿਹੜੇ ਮਸਲੇ ਕਿ ਪਿਓਰ ਨਸਲ ਜਿਹੜੇ ਬੱਕਰੀਆਂ ਨਾਲ ਫਿਰ ਦਿੰਦੇ ਨੇ. ਉਹਨਾਂ ਚਾਰ ਨਹੀਂ ਹੁੰਦੀਆਂ ਨੇ, ਉਹਨਾਂ ਚਾਰ ਕਿ ਲਿਆਉਣੀਆਂ ਨੇ. ਓਏ ਬਾਦ ਆ ਭਰਾਉਂ ਤੇ ਰੱਖ ਭਰਾਉਂ. ਲਓ ਜੀ, ਚਾਰ ਨਹੀਂ ਹੁੰਦੀਆਂ ਨੇ, ਚਾਰ ਕੇ ਵਟਸਐਪ ਫਿਰ ਉਹਨਾਂ ਲਿਆਉਣੀਆਂ ਨੇ. ਇੱਕ ਵੀ ਵਿੱਚੋਂ ਨਾਗ ਘਟ ਜੇ ਉਹ ਜੰਗਲ ਦੇ ਵਿੱਚ ਫਨਾਹ ਕਰ ਛੱਡਦੇ ਨੇ. ਕੋਈ ਸ਼ੇਰ ਚੀਤੇ ਤੇ ਵੀ ਹਮਲਾ ਕਰਨ ਨੂੰ ਇਹ ਨਹੀਂ ਮੁੜਦੇ, ਮਰ ਜਾਣ ਪਾਵੇ. ਲਓ ਜੀ, ਇਹ ਇਸ ਟਾਈਮ ਗੰਦਮ ਜਿਹੜੀਆਂ ਖਾ ਰਹੇ ਸਰ, ਆਪਣੇ ਮੈਦੇ ਨੂੰ ਵਾਸ਼ ਕਰਨ ਵਾਸਤੇ, ਮੈਦੇ ਦੀ ਸਫਾਈ ਕਰਨ ਵਾਸਤੇ. ਇਹ ਵੇਖ ਲਓ ਕੁਦਰਤ ਜਿਹੜਾ ਨਾ, ਹਾਂਜੀ, ਹਰ ਜਾਨਵਰ ਨੂੰ ਇਹ ਦਿੱਤਾ ਜਾਵੇ ਸੋਚ ਸਮਝ ਕਿ ਮੈਂ ਆਪਣੇ ਮੈਦੇ ਨੂੰ ਕਿਸ ਤਰ੍ਹਾਂ ਸਾਫ਼ ਰੱਖਣਾ. ਹਾਂਜੀ, ਇਹ ਗੰਦਮ ਖਾ ਰਹੇ ਜੇ ਤੇ ਥੋੜ੍ਹੀ ਦੇਰ ਬਾਅਦ ਜਿਹੜਾ ਨਾ, ਇਹਨਾਂ ਫਿਰ ਆਪਣੇ ਅੰਦਰੋਂ ਸਾਫ਼ ਸਫਾਈ ਸਫੂਈ ਕਰਨੀ ਹੈ, ਉਲਟੀ ਕਰਨਗੇ. ਹਾਂਜੀ, ਅਤੇ ਜਿਹੜਾ ਅੰਦਰ ਹੋਏਗਾ ਗਰਦ ਗੁਬਾਰ ਨਿਕਲ ਜਾਏਗਾ ਬਾਹਰ. ਹਾਂਜੀ, ਆ ਵੇਖੋ ਜੀ, ਇਹ ਅਤੇ ਇਹ ਰਾਣੇ ਭੂਮੀ ਦੇ ਕੁੱਤੇ ਪਿੰਡੀ ਪਾਗੋ ਵਿੱਚ. ਹਾਂਜੀ, ਅਤੇ ਇਹ ਕੁੱਤੇ ਦਾ ਤੁਸੀਂ ਥੋੜ੍ਹਾ ਸਾਰਾ ਇਹ ਲਿਸ਼ਕਾਰਾ ਹੀ ਵੇਖਿਆ, ਪੂਰਾ ਪੂਰਾ ਵਰਕ, ਪੂਰਾ ਵਰਕ ਨਹੀਂ ਵੇਖਿਆ? ਵਰਕ ਨਹੀਂ ਵੇਖਿਆ, ਕਿਉਂਕਿ ਇਹ ਲੱਤਾਂ ਜਿਹੜੀਆਂ ਨੇ ਥੜੜੀਆਂ ਖਾ ਛੱਡਦੀ ਹੁੰਦੀ. ਪੂਰਾ ਵਰਕ ਨਹੀਂ ਵੇਖਿਆ, ਗਲੀ ਦੇ ਵਿੱਚ ਕੋਈ ਇੰਟਰ ਨਹੀਂ ਹੋ ਸਕਦਾ. ਉਹ ਜਿਹੜਾ ਇੰਟਰ ਹੋਣਾ ਉਹਨੇ ਸਵਾਇਦ ਦਾਗੀ ਹੋਣ ਦੇ ਵਾਪਸ ਨਹੀਂ ਜਾਣਾ. ਚਿੱਟੀ ਕੁੱਤੀ ਜਿਹੜੀ ਹੈ ਨਹੀਂ, ਉਤਲ ਤੇ ਲੋਕ ਤੁਹਾਡੀ ਗਲੀ ਲੋਕ ਜਾਂਦੇ ਨੇ ਨਾ ਡਰਦੇ. ਉਹ ਤੇ ਸਮਝ ਲਾ ਕੇ ਇੱਕ ਪਹਿਲਾਂ ਗਨ ਮੈਨ ਅੱਗੇ ਭੇਜਦੇ ਨੇ, ਉਹ ਜਿੰਨੇ ਬੁਲਾਉਣਾ ਪਹਿਲਾਂ ਬੰਦਾ ਭੇਜਣਾ ਕਿ ਪਹਿਲਾਂ ਵੇਖ ਕੁੱਤੀ ਤੇਰੀ ਰਾਜ ਬੈਠੀ ਦੀ. ਹਾਂਜੀ, ਤੇ ਜੇ ਕੁੱਤੀ ਰਾਜ ਹੈ ਤੇ ਫਿਰ ਬੰਦਾ ਉਹ ਭੇਜਣਾ ਜਿਹੜਾ ਗਲੀ ਦਾ ਵਾਕਫ ਹੈ, ਜੀ ਜਾਂ ਆਪਣਾ ਕੋਈ. ਆਹੋ, ਤੇ ਇਹ ਕੁੱਤਾ ਜੇ ਇਹ ਸਰ ਉਹਨੂੰ ਫੜਿਆ ਤਾਂ ਇਸ ਵਾਸਤੇ ਕਿ ਜਰਾ ਜ਼ਹਾਰੇ ਗਰਮ ਤਬੀਅਤ ਹੁੰਦੇ ਨੇ ਤੇ ਇਹ ਚੱਕ ਚੱਕ ਲਾ ਲੈਣ ਤੇ ਛੱਡਦੇ ਨਹੀਂ. ਜਿਹੜਾ ਪਾਗਲ ਹੈ ਇਹਨੇ ਆਪਣੇ ਵੀ ਨੁਕਸਾਨ ਕੀਤੇ ਨੇ. ਅੱਛਾ, ਡੰਗ ਖੋਤੀਆਂ ਖੋਤੀਆਂ ਡੰਗਰ ਇਹਨੇ ਬੱਚੇ ਖੋਤੀਆਂ ਵੀ ਖੋਤੀਆਂ ਆਪਣੀਆਂ ਬੱਕਰੀ ਇੱਕ. ਅੱਛਾ, ਜਿਹੜੀ ਵੀ ਅੱਗੇ ਸ਼ਾਇਦ ਮੁਰਗੀ ਤੇ ਕੋਈ ਛੱਡਦਾ ਨਹੀਂ, ਕੋਈ ਵੀ ਸ਼ਾਇਦ. ਅੱਛਾ ਜੀ, ਕੋਈ ਸ਼ਾਇਦ ਜਿਹਨੂੰ ਅੱਗੇ ਚੜ ਜਾਣੀ ਉਹ ਨਹੀਂ ਛੱਡਣੀ. ਕੁੱਕੜ ਸੀਲ 30-35 ਦੇ ਸਾਰੇ. ਲੋ ਜੀ, ਇਹ ਵੇਖੋ, ਵੇਖ ਲੋ ਉਹਨੇ ਬੁਲਾਇਆ,
ਇਹਦਾ ਨਾਂ ਰੀਟਾ ਹੈ ਕਾਲੀ ਦੇ ਨਾਂ ਵੇਖੋ ਜੀ ਰੀਟਾ ਦਾ ਨਾਂ ਜੇ ਜਾਣ ਤੇ ਵੇਖੋ ਉਹਨੇ ਬੁਲਾਇਆ ਨਾਂ ਲਿਆ ਰੀਟਾ ਤੇ ਵੇਖ ਲਓ ਵਾਪਸ ਆ ਗਈ ਹਾਂਜੀ ਵੇਖ ਲਓ ਜੀ ਜਾਨਵਰ ਜਿਹੜਾ ਨਾ ਉਹਨੂੰ ਅਗਰ ਤੁਸੀਂ ਸਿਧਾਓ ਨਾ ਤੇ ਉਹ ਆਪਣੇ ਮਾਲਕ ਦਾ ਹੁਕਮ ਮੰਨਦਾ ਇੱਕ ਇਨਸਾਨ ਹੀ ਜਿਹੜਾ ਨਾ ਹਾਂਜੀ ਰੀਟਾ ਉਹ ਵੇਖ ਲਓ ਵੇਖੋ ਜਨਾਬ ਲੈ ਦੋ ਮਿੰਟ ਵੇਖੀ ਵੇਖੋ ਜੀ ਮੈਂ ਆਵਾਜ਼ ਮਾਰਾਂਗਾ ਆਈਏ ਵੇਖ ਲਓ ਪੁਰਾਣੇ ਭੂਮੀ ਨੇ ਪਾਲੇ ਦੇ ਰੀਟਾ ਉਹ ਵੇਖੋ ਜੀ ਖਲੋ ਗਈ ਰੀਟਾ ਵੇਖ ਲਵੋ ਬਲੈਕ ਜਿਹੜੀ ਨਾ ਰੀਟਾ ਦੇ ਖਲੋ ਗਈ ਜੇ ਨਾ ਨਾਲ ਹੀ ਖਲੋ ਗਈ ਰੀਟਾ ਹਾਂਜੀ ਇਹ ਵੇਖ ਲਓ ਜਨਾਬ ਰੀਟਾ ਮੁੜ ਜਾ ਵੇਖੋ ਨਾਲ ਨਾਲ ਹੀ ਖਲੋਈਂਦੀ ਸਾਡੇ ਪਾਕਿਸਤਾਨ ਦਾ ਇਹ ਉਹਨੇ ਅਕਸਰ ਬਹੁਤ ਸਾਰੀਆਂ ਜਿਹੜੀਆਂ ਬਹੁਤ ਜ਼ਿਆਦਾ ਵੀਡੀਓ ਉਹਨਾਂ ਬਣਾਈ ਦੀਆਂ ਨੇ ਮੁਖਤਲਿਫ ਜਿਹੜਾ ਨਾ ਉਹ ਉਸ ਕੁੱਤੇ ਕੋਲੋਂ ਕੰਮ ਸ਼ੰਮ ਤੱਕੀਆ ਹੈਂਜੀ ਦਾਤਰੀ ਕਦੀ ਕੁਛ ਕਦੀ ਕੁਛ ਹਾਂਜੀ ਉਹਨੂੰ ਕਹਿੰਦਾ ਤਾਂ ਉਹ ਲੈ ਕੇ ਆਉਂਦਾ ਨਸਲ ਬੜੀ ਜ਼ਬਰਦਸਤ ਆ ਜਿਹੜੀ ਧੁੰਦ ਵੀ ਸ਼ੁਰੂ ਹੋ ਗਈ ਜੀ ਨਾਲ ਹੀ ਚਲੋ ਸ਼ਾਬਾਸ਼ ਚਲੋ 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 ਸ਼ਾਬਾਸ਼ ਸ਼ਾਬਾ ਪਾਲਾ ਹਾਏ 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 ਹਾਏ